ਬਾਬਾ ਜੀ ਆ ਕੀ ਬਣਾਤਾ? ਇਹ ਟੂਵਲ ਦਾ ਸਮਾਨ ਹੈ ਜੀ, ਅਸਲਾਮੁਅਲੈਕਮ। ਅੱਛਾ, ਇਹ ਟੂਵਲ ਦਾ ਸਮਾਨ ਹੈ, ਟੂਵਲ ਨੂੰ ਚਲਾਉਣ ਵਾਸਤੇ ਨਾ, ਟਰੈਕਟਰ ਦਾ ਇੰਜਨ ਨਾ ਚਲਾਉਣ ਲਈ ਇਹ ਸਮਾਨ ਤਿਆਰ ਹੁੰਦਾ। ਆਹ ਦਾਣੇਦਾਰ ਚਾਦਰ ਲਾਈ, ਇਹਨੂੰ ਰੋਜ਼ਾ ਨਹੀਂ ਪਾਉਣਾ ਪਏਗਾ ਉੱਤੇ। ਵਾਹ ਜੀ ਵਾਹ। ਇਹ ਮੈਂ ਵਿੱਚ ਇਹਦੇ ਲਾਉਣਾ ਐਂਗਲਾਂ। ਬਾਜ਼ਾਰ ਦੇ ਵਿੱਚ ਜਿਹੜਾ ਮਾਲ ਦਿੰਦੇ ਨਾ, ਲਾਹੌਰੀ ਮਾਲ ਚਾਲੂ, ਉਹ ਵਿੱਚ ਸਰੀਏ ਲਾਏ ਤੇ ਉੱਤੋਂ ਥੱਲਿਓਂ ਝੰਡਾ ਕੀਤੀਆਂ ਉਹਨਾਂ ਨੇ। ਅੱਛਾ। ਚੱਲਦੀ ਪੁਲੀ ਜਿਹੜੀ ਖੁੱਲ ਜਾਂਦੀ ਹੈ, ਐਕਸੀਡੈਂਟ ਹੋ ਜਾਂਦਾ ਵਾ। ਇਹ ਫਿਕਸ ਬਣਾਇਆ ਸੌਦਾ, ਅੱਲਾ ਦੀ ਰਹਿਮਤ ਨਾਲ। 10 ਸਾਲ ਦੀ ਗਰੰਟੀ ਹੈ ਜੀ ਮੇਰੇ ਕੋਲ, ਜਿਹੜਾ ਵੀ ਸਮਾਨ ਲਾਓਗੇ ਉਹਦੀ ਗਰੰਟੀ 10 ਸਾਲ ਵਾ। ਅੱਛਾ ਬਾਬਾ ਜੀ, ਜੇ ਆਹ ਸ਼ਾਫਟ ਵੇਖੋ, ਇਹ ਐਕਸਲ ਦੀ ਸ਼ਾਫਟ, ਜੇ ਇਹਦੀ ਵੀ 10 ਸਾਲ ਦੀ ਗਰੰਟੀ ਹੈ, ਜੇ ਟੁੱਟ ਜੇ ਇਹਦੇ। ਆਹ ਕਰਾਸਾਂ ਵਾਲੀ ਸ਼ਾਫਟ, ਜੇ ਇਹਦੇ ਕਰਾਸਾਂ ਨੂੰ ਤੇਲ ਨਾ ਦਵੋਗੇ ਫਿਰ ਇਹਨਾਂ ਨੇ ਖਰਾਬ ਹੋਣਾ ਵਾ, ਉਦਾਂ ਨਹੀਂ ਇਹ ਖਰਾਬ ਹੁੰਦੇ। ਇਹ ਬਾਬਾ ਜੀ ਕਿੱਥੇ ਯੂਜ਼ ਹੁੰਦੀ ਹੈ? ਇਹ ਟੂਵਲ ਨੂੰ ਚਲਾਉਣਾ ਹੋਵੇ ਨਾ ਟਰੈਕਟਰ ਦੇ ਨਾਲ, ਅੱਛਾ, ਤੇ ਫਿਰ ਇਹ ਉੱਤੇ ਜਗਾੜ ਲਾਉਣਾ ਪੈਂਦਾ ਵਾ। ਇਹ ਆਹ ਇਹਦੇ ਬਰਾਕਟ, ਜੇ ਇਹ ਵੀ ਲੋਹੇ ਦੇ ਬਣਾਏ ਜੇ ਮੈਂ। ਵਾਹ ਜੀ। ਜਿਹੜਾ ਦੂਜਾ ਬਰਾਕਟ ਹੁੰਦਾ ਨਾ, ਉਹਨੂੰ ਇੱਥੇ ਕਾਬਲੇ ਲਾਏ ਹੁੰਦੇ ਆ, ਤੇ ਕਾਬਲੇ ਜਿਹੜੇ ਨਾ ਚੋਰ ਖੋਲ ਕੇ ਤੇ ਛਾਫੜ ਛੂਫੜ ਸਾਰਾ ਕੁਝ ਕੱਢ ਕੇ ਲੈ ਜਾਂਦਾ। ਅੱਛਾ। ਇਹਦੇ ਵਿੱਚ ਫਿਕਸ ਰਹਿਣੀ ਹਰ ਸ਼ੈ। ਠੀਕ ਹੋ ਗਿਆ। ਹਾਂਜੀ, ਇਹ ਬਰਾਕਟਾਂ ਦੀ ਵੀ 10 ਸਾਲ ਦੀ ਗਰੰਟੀ ਹੈ। ਅੱਛਾ, ਇਹ ਆਪਣਾ ਕਿੱਦਾਂ ਲੱਗਦੀ, ਕਿੱਦਾਂ ਵਾ? ਜਨਾਬ ਇਹਦੇ ਵਿੱਚ ਆ ਛਾਫੜ ਪਾ ਦੇਣੀ ਹੈ, ਆਹ ਛਾਫੜ ਜਿਹੜੀ ਨਾ ਇਹਦੇ ਵਿੱਚ ਪਾ ਦੇਣੀ ਹੈ। ਅੱਛਾ। ਪਾ ਕੇ ਤੇ ਆ ਵਿੱਚ ਆ ਚਾਬੀ ਲਾਈ ਹੈ, ਇੱਥੋਂ ਜਿਹੜਾ ਨਾ ਆ ਕਾਬਲਾ ਲੱਗਾ, ਆ ਕਾਬਲੇ ਨੂੰ ਤੁਸੀਂ ਕੱਸ ਦੇਣਾ ਵਾ। ਠੀਕ ਹੈ। ਤੁਸੀਂ ਇਹਨੂੰ ਰੱਖਣਾ ਨਾ ਉੱਥੇ ਕੱਸ ਕੇ। ਅਜਾ ਕਾਬਲਾ ਲੱਗਾ। ਹਾਂਜੀ, ਤੇ ਸੈਡਾਂ ਤੇ ਬਰਾਕਟ ਪਾ ਦੇਣੇ ਦੂਹਾਂ ਬੰਨੇ। ਅੱਛਾ। ਬਰਾਕਟ ਪਾ ਕੇ ਤੇ ਫਿਰ ਤੁਸੀਂ ਇਹਨੂੰ ਜਿਹੜਾ ਖੂਹ ਕੱਢਿਆ ਨਾ, ਖੂਹ ਦੇ ਉੱਤੇ ਇਹਨੂੰ ਰੱਖ ਦੇਣਾ ਵਾ। ਅੱਛਾ ਅੱਛਾ। ਥੱਲੇ ਪੱਖਾ ਲਾਉਂਦੇ ਤੇ ਉੱਥੇ ਖੂਹ ਕੱਢਿਆ ਹੁੰਦਾ ਤੇ ਉਹਦੇ ਉੱਤੇ ਤੁਸੀਂ ਇਹਨੂੰ ਰੱਖ ਦੇਣਾ ਵਾ। ਅੱਛਾ, ਇਹ ਬਾਬਾ ਜੀ ਆਪਣਾ ਰੈਗੂਲਰ ਚੱਲਦਾ ਮਾਲ ਜਾਂ ਆਪਣਾ? ਇਹ ਚੱਲਦਾ ਜੀ, ਇਹ ਜਦੋਂ ਪਾਣੀ ਦੇਣਾ ਹੁੰਦਾ ਨਾ, ਜ਼ਿਮੀਦਾਰ ਨੇ ਫਸਲਾਂ ਨੂੰ ਪਾਣੀ ਦੇਣਾ ਹੁੰਦਾ, ਅੱਛਾ, ਉਦੋਂ ਇਹਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ। ਠੀਕ ਹੈ। ਜਾਂ ਫਿਰ ਉਦੋਂ ਜ਼ਰੂਰਤ ਪੈਂਦੀ ਜਦੋਂ ਉਹਨਾਂ ਨੇ ਬਰਾਕਟ ਲਾਏ ਹੋਣ ਦੇਗੀ ਤੇ ਚੋਰ ਪੁਲੀ ਪਾਲੀ ਕੱਢ ਕੇ ਲੈ ਜਾਂਦਾ ਵਾ, ਤੇ ਫਿਰ ਉਹਨਾਂ ਨੂੰ ਉੱਥੇ ਜ਼ਰੂਰਤ ਪੈਂਦੀ ਹੈ। ਅੱਛਾ ਬਾਬਾ ਜੀ, ਆਪਣਾ ਨੰਬਰ ਦੱਸ ਦਿਓ। ਹਾਂਜੀ, ਰਾਬਤਾ ਨੰਬਰ ਹੈਗਾ ਜੀ ਸਾਡਾ 0-300-23-6-99-687। ਠੀਕ ਹੋ ਗਿਆ। ਤੇ ਬਾਬਾ ਜੀ ਆ ਵੇਲਣੇ ਵੀ ਬਣਾਈ ਜਾ ਰਹੇ? ਹਾਂਜੀ, ਵੇਲਣੇ ਨਵਾਂ ਮਾਲ ਬਣਾਈਦਾ ਵੇਲਣਿਆਂ ਦਾ, ਅੱਲਾ ਦੀ ਰਹਿਮਤ ਨਾਲ ਜੀ। ਉਹ ਬਾਜ਼ਾਰ ਵਾਲਾ ਕੰਮ ਨਹੀਂ ਕਰਦੇ, ਬਾਜ਼ਾਰ ਦੇ ਵਿੱਚ ਮਰਾਸੀ ਵੇਲਣੇ ਬਣਾ ਰਹੇ ਆ ਪੁਰਾਣੀਆਂ ਚਦਰਾਂ ਲਾ ਕੇ। ਅੱਛਾ ਅੱਛਾ। ਉਹਨਾਂ ਨੂੰ ਉੱਤੋਂ ਪਟੀਨਾ ਲਾਈਆਂ ਉਹਨਾਂ ਨੇ। ਠੀਕ। ਤੁਹਾਡੇ ਸਾਹਮਣੇ ਵੇਲ ਲਓ ਨਵਾਂ ਮਾਲ, ਜੇ ਪੁਰਾਣੀ ਸ਼ੈ ਕੋ ਕੱਢ ਜਵੋ ਤੇ ਵੇਲਣਾ ਤੁਹਾਨੂੰ ਫ੍ਰੀ ਦੇ ਦੇਣਾ ਵਾ। ਇਹਦੀ ਵੀ 10 ਸਾਲ ਗਰੰਟੀ ਜੇ ਇਹਦੀ ਵੇਲਣੇ ਦੀ। ਚਲੋ ਵਧੀਆ ਹੋ ਗਿਆ। ਹਾਂਜੀ ਚਲੋ। ਅੱਛਾ ਬਾਬਾ ਜੀ, ਆਪਣਾ ਇਹ ਆਪਣਾ ਪਤਾ ਦੱਸੋ ਕਿੱਥੇ ਆ? ਪਤਾ ਆਪਣਾ ਜੀ ਮਦੀਨਾ ਮਾਰਕੀਟ, ਸਮੁੰਦਰੀ ਰੋਡ। ਠੀਕ ਹੈ ਜੀ। ਮਦੀਨਾ ਮਾਰਕੀਟ 'ਚ ਜਿਹੜੀ ਨਾ ਵਰਕਸ਼ਾਪ ਨੰਬਰ ਮੇਰੀ 30 ਹੈ। ਠੀਕ ਹੈ। 30 ਨੰਬਰ ਵਰਕਸ਼ਾਪ, ਉੱਥੇ ਤੁਹਾਨੂੰ ਮੈਂ ਮੌਜੂਦ ਮਿਲਾਂਗਾ ਜਿੰਨਾ ਜਿਕਰ ਮੈਂ ਅੱਲਾ ਦੀ ਰਹਿਮਤ ਨਾਲ ਜੀਂਦਾ ਵਾਂ। ਤੇ ਅੱਛਾ ਬਾਬਾ ਜੀ, ਬੱਚੇ ਆ ਉਹ ਕੰਮ ਕਰ ਰਹੇ ਨਾਲ। ਬਾਬਾ ਜੀ ਇਹ ਜਿਹੜੇ ਕਸਟਮਰ ਇੱਕ ਦੋ ਕਹਿੰਦੇ ਸੀ ਅਸੀਂ ਪਤਾ ਪੁੱਛਿਆ ਤੇ ਸਾਨੂੰ ਉਹ ਕਹਿੰਦੇ ਜੀ ਉਹ ਛੱਡ ਗਏ ਆ ਜਾਂ ਫਲਾਣ, ਇਹਦੇ ਬਾਰੇ 'ਚ ਕੀ ਕਹੋਗੇ? ਇਹਦੇ ਬਾਰੇ 'ਚ ਇਹੀ ਕਹਾਂਗੇ ਜੀ ਅੱਲਾ ਮੀਆਂ ਤੇ ਹੱਥ ਦੇਵੇ ਉਹਨਾਂ ਨੂੰ। ਅੱਛਾ ਜੀ। ਕਿਸੇ ਨੂੰ ਰਾਹ ਰਾਸਤ ਤੇ ਪਾ ਦੇਣਾ ਬੜੀ ਵੱਡੀ ਨੇਕੀ ਹੈ। ਲੋਕੀ ਇਹ ਨੇਕੀ ਨਹੀਂ ਖੱਟਦੇ ਤੇ ਰਿਜ਼ਕ ਤੇ ਦੇਣਾ ਮਾਲਕ ਨੇ। ਠੀਕ ਹੈ। ਨਹੀਂ ਉਹ ਕਿਸੇ ਨਾ ਕਿਸੇ ਬਹਾਨੇ ਉਹਨੇ ਰਿਜ਼ਕ ਦੇ ਹੀ ਜਾਣਾ ਵਾ। ਠੀਕ ਹੈ। ਲੋਕੀ ਜੋ ਮਰਜ਼ੀ ਕਹੀ ਜਾਣ, ਅੱਲਾ ਜਿਹੜਾ ਨਾ ਉਹਨਾਂ ਨੂੰ ਹਿਦਾਇਤ ਦੇਵੇ, ਇਹੋ ਹੀ ਕਹਿ ਸਕਦੇ। ਚਲੋ ਠੀਕ ਹੋ ਗਿਆ। YouTube ਵਾਸਤੇ ਕੋਈ ਪੈਗਾਮ ਦੇ ਦੇ। ਪੈਗਾਮ ਇਹੋ ਹੀ ਜੀ ਕਿ ਉਹ ਮੈਨੂੰ ਉਹ ਸ਼ੀਲਡ ਜੀ ਜਾਂ ਤੇ ਮੈਨੂੰ ਪਹੁੰਚਾ ਦੇਣ ਤੇ ਜਾਂ ਫਿਰ ਮੈਨੂੰ ਦਿਖਾ ਦੇਣ, ਮੈਂ ਉਦਾਂ ਦੀ ਜਿਹੜੀ ਸਟੀਲ ਦੀ ਬਣਾ ਲੈਣਾ ਵਾ। ਸਟੀਲ ਦੀ ਕਿਹੜਾ ਔਖਾ ਕੰਮ ਆ। ਹਾਂਜੀ ਹਾਂਜੀ ਚਲੋ ਠੀਕ ਹੋ ਗਿਆ ਜੀ, ਮਿਹਰਬਾਨੀ। ਯਾ ਹਈਓ ਯਾ ਕਿਯੂਮ ਬ੍ਰਹਮ ਤੇ ਕਾਸਤਾ ਗਈ।